मुद्दा जो छिड़िया है जिस मनदीप सिंह मन्ना होना का अक्सर जिक्र हुंदा, पर अज जो असीं जिस इंसान दे नाल तुहानूं रूबरू करान जा रहे हैं अक्सर मनदीप सिंह मन्ना होना दे नाल वेखण नूं मिलदे ने। उन्हां दी हर वीडियो की गल कर लईए, चाहे एक जे गल कर लईए कि एक वीडियो वायरल होई सी जमीन नूं लैके जदों मन्ना होना दे नाल कुछ व्यक्तियों वल्लों जो झड़प हुंदी आ, ते उस दे विच वी जो अमृतपाल सिंह बबलू ने खास तौर दे नाल हुंदे ने। ते अज अमृतपाल जी सब तों पहलां ते की कहना चाहोगे जिहड़ी तुसीं अज प्रैस कॉन्फ्रेंस कीती आ, की कारण है क्योंकि अक्सर तुसीं मनदीप सिंह मन्ना होना दे नाल वेखे जांदे हो? देखो ये जो भी काम करता है, मैं सन 2009 तो ये नाल सी गया, 12 तक रहा एज अ पोलिटिकल, 2018 तो लैके 2022 तक इहदा सोशल मीडिया जिहड़ा है मैनेज करता रहा है। झगड़ा सिर्फ इस गल दा है कि इहनूं मैं केवल ये आख्या कि जिहड़ी वीडियो वायरल हो रही है तेरे किरदार दे नाल मेरे किरदार ते भी उंगलां चुकियां जा रही हैं कि शायद मैं भी तेरी ठगी ठोरी दे विच शामिल हां, ते जिहड़ी तूं वीडियो बनाउण लगा वीडियो 20 मिंट दी उहदे विच मेरा जिक्र कर दे कि उहदा इस काम च कोई हाथ नहीं आ, ते उह केवल प्रोफेशनल मेरे नाल जिहड़ा डील करदा आ, ते ए मैं फिर जदों नहीं बोलदा मैं अपनी वीडियो कढ के उह जनतक करदा आ ते दसदा आ अपना स्पष्टीकरण दिंदा, ते फिर इह धमकियां ते उतर जांदा भी ओ तो बाद ए रोकदा आ कि तू 1,25,00,000 रुपए लैण वाली गल क्यों कीती आ, इस गल्लों मैनूं ब्लैकमेल कीता जांदा आ। ते इस तरीके नाल जिहड़ा हुण दा जे ए मेरा सच लोकां नूं नहीं दस सकदा ते मैं अपना सच ते लोकां दे विच रख सकदा कि किस तरीके नाल पैसा कमाउंदा। सन 2016-17 दे विच जिस बंदे को इनोवा गड्डी दे विच तेल पवाउण नूं पैसे नहीं हुंदे सीगे, सन 2018 तो लैके 22 दे विच 22 तक ਉਹ ਕਿਵੇਂ 50 ਕਰੋੜ ਤੋਂ ਵੱਧ ਦਾ ਮਾਲਕ ਬਣ ਜਾਂਦਾ? ਅਸੀਂ ਗੱਲ ਕਰ ਰਹੇ ਸੀਗੇ, ਮੈਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਦੱਸਿਆ ਆ ਕਿ 0001 ਨੰਬਰ ਸਾਡੇ ਵਰਗਾ ਬੰਦਾ ਮੇਰੇ ਵਰਗਾ ਤੁਸੀਂ ਭਰਾ ਜੇ ਵੱਡੇ ਸਾਰੇ ਅਸੀਂ ਸੋਚ ਵੀ ਨਹੀਂ ਸਕਦੇ ਨੰਬਰ ਲੈਣਾ, ਮਿਹਨਤ ਕਸ਼ ਇਨਸਾਨ ਆ। ਇਹਦੀ ਇਨਕਮ ਟੈਕਸ ਰਿਟਰਨ 2019-20 ਦੀ ਮੈਂ ਗੱਲ ਕਰਨਾ ਤੇ ਉਹ 5 ਲੱਖ ਕੁਝ ਦੀ ਜਿਹੜੀ ਆ ਉਹ ਹੁੰਦੀ ਆ, 2021 ਦੀ ਰਿਟਰਨ ਜਿਹੜੀ ਆ ਉਹ 5,09,000 ਦੀ ਹੋ ਜਾਂਦੀ ਹੈ, ਮਤਲਬ ਇਹਦੀ ਆਮਦਨ ਘਟਦੀ ਹੈ 2021 ਦੇ ਵਿੱਚ। ਪਰ 2021 ਦੇ ਵਿੱਚ ਇਹਦਾ ਜਿਹੜਾ ਪਲਾਟ ਖਰੀਦਦਾ ਵਾ 3-ਫੇਸ ਪਲਾਟ ਹੁੰਦਾ 125 ਗਜ਼ ਦਾ ਪਲਾਟ ਜਿਹਦੀ ਕੀਮਤ ਲਗਭਗ 2 ਕਰੋੜ ਰੁਪਏ ਦੇ ਲਾਗੇ, ਉਹ ਤੋਂ ਬਾਅਦ ਇੱਕ ਪਲਾਟ ਹੋਰ ਆਪਣੇ ਸਹੁਰਾ ਸਾਹਿਬ ਦੇ ਨਾਮ ਤੇ ਲੈਂਦਾ ਆ, ਉਹ ਪਲਾਟ ਦੀ ਕੀਮਤ ਵੀ ਜਿਹੜੀ ਆ ਉਹ ਕਰੋੜਾਂ ਦੇ ਵਿੱਚ ਆ। ਇਹ ਤੋਂ ਇਲਾਵਾ ਜਿਹੜਾ ਇਹਦਾ ਆਪਦਾ ਘਰ ਆ, ਇਹਦਾ ਆਪਣਾ ਘਰ ਤੇ ਸਹੁਰਿਆਂ ਦਾ ਘਰ ਸਾਂਝਾ ਆ, ਇਹਦਾ ਇੱਕ ਦੋਸਤ ਆ ਉਹਦੇ ਵੀ ਜਿਹੜੇ ਆ ਟਰੱਕ ਚੱਲਦੇ ਟਰਾਂਸਪੋਰਟ ਦਾ ਕੰਮ ਆ, ਉਹਨੇ ਮੈਨੂੰ ਦੱਸਿਆ ਕਿ 1990 ਤੋਂ ਟਰਾਂਸਪੋਰਟ ਦਾ ਕੰਮ ਕਰਦੇ ਆ, ਅੱਜ 2023 ਦੇ ਵਿੱਚ 2023 ਚੜ ਗਈ ਆ, ਤੇ ਮੈਨੂੰ ਜਿਹੜੇ ਆ 23 ਸਾਲ ਲੱਗ ਗਏ ਮੰਨੇ ਦੇ ਲਾਗੇ ਪਲਾਟ ਲੈਣ ਲਈ, ਤੇ ਅਗਲੇ 5 ਸਾਲ ਮੈਨੂੰ ਬਣਾਉਣ ਤੇ ਲੱਗ ਜਾਣੇ ਨੇ। ਪਰ ਇਹਦੇ ਕੋਲ ਪਤਾ ਨਹੀਂ ਹੈ ਇਹੋ ਜੀ ਕਿਹੜੀ ਗਿੱਦੜ ਸਿੰਘੀ ਆ ਕਿ ਪਹਿਲੇ ਵੀ ਘਰ ਲੈ ਲਏ ਉਹ ਵੀ ਬਣਾ ਲਏ, ਘਰ ਦੇ ਜਿਹੜੇ ਪਲੋਟ ਦੀ ਜਿਹੜੀ ਮੈਂ ਕੋਸਟ ਦੀ ਗੱਲ ਕਰ ਰਿਹਾ ਉਹ ਵੱਖਰੀ ਹੈ, ਕੰਸਟਰਕਸ਼ਨ ਜਿਹੜੀ ਉਹਦੀ ਕੰਸਟਰਕਸ਼ਨ ਹੋਈ ਹੈ ਤੁਸੀਂ ਜਾ ਕੇ ਦੇਖੋ ਕਿੱਡੀ ਵਧੀਆ ਤਰੀਕੇ ਨਾਲ ਉਹ ਬਣਾਇਆ ਗਿਆ, ਕਰੋੜਾਂ ਰੁਪਏ ਦੇ ਉੱਤੇ ਖਰਚਿਆ ਗਿਆ, ਉਹ ਪੈਸਾ ਆਉਂਦਾ ਕਿੱਥੋਂ? ਹੁਣ 0001 ਜਿਹੜੇ ਨੰਬਰ ਨੇ, 3 ਉਹ ਨੰਬਰ ਨੇ ਜਿਹਨਾਂ ਵਿੱਚੋਂ 2 ਇਹਦੇ ਨਾਮ ਤੇ ਨੇ, 1 ਇਹਦੇ ਪਰਿਵਾਰ ਦੇ ਨਾਮ ਤੇ ਨੇ, 0007 2 ਨੰਬਰ ਵੱਖਰੇ ਨੇ, 4 ਗੱਡੀਆਂ ਆ ਜਾਂਦੀਆਂ, 50 ਲੱਖ ਰੁਪਏ ਇਹਦੀਆਂ ਜੈਕਟਾਂ ਨੇ, ਘੜੀਆਂ ਦੀ ਗੱਲ ਕਰਨਾ 2,80,000 ਦੀ ਇੱਕ ਹੀ ਘੜੀ ਆ, ਇਹ ਤੋਂ ਮਹਿੰਗੀ ਵੀ ਗਈ ਆ, ਉਸ ਤੋਂ ਇਲਾਵਾ 20-25 ਲੱਖ ਰੁਪਏ ਦੀ ਜਿਹੜੀ ਆ ਘੜੀਆਂ ਨੇ, 50 ਲੱਖ ਰੁਪਏ ਦੀਆਂ ਜੈਕਟਾਂ, ਇਸ ਤੋਂ ਇਲਾਵਾ ਹੋਰ ਕੱਪੜੇ ਹੋਰ ਸ਼ੌਂਕਾਂ ਦੀ ਤੇ ਮੈਂ ਗੱਲ ਹੀ ਨਹੀਂ ਕਰ ਰਿਹਾ। ਜਿਹੜੇ ਰੈਸਟੋਰੈਂਟ 'ਚ ਬਹਿ ਕੇ ਖਾਣਾ ਖਾ ਲਏ ਕਿਸੇ ਦੀ ਮਜ਼ਾਲ ਨਹੀਂ ਅੰਮ੍ਰਿਤਸਰ ਦੇ ਵਿੱਚ, ਕੋਈ ਬਿੱਲ ਲੈ ਲਏ ਉਹ ਇਸ ਤਰੀਕੇ ਨਾਲ ਅੰਮ੍ਰਿਤਸਰ ਦੇ ਲੋਕ ਜਿਹੜੇ ਆ ਉਹ ਡਰੇ ਰਹਿੰਦੇ ਨੇ, ਠੇਕੇਦਾਰੀ ਕਰਨੀ ਆ ਤੁਸੀਂ ਇੰਪਰੂਵਮੈਂਟ ਟਰਸਟ ਕਾਰਪੋਰੇਸ਼ਨ ਨਾਲ ਲਾਇਸੈਂਸ ਭਾਵੇਂ ਨਾ ਲਿਓ, ਇਹਦਾ ਲਾਇਸੈਂਸ ਦੱਲੋਗੇ ਉਹ ਦੂਜਾ ਲਾਇਸੈਂਸ ਤੁਹਾਨੂੰ 1 ਦਿਨ 'ਚ ਮਿਲ ਜਾਣਾ, 1 ਦਿਨ 'ਚ। ਠੇਕੇਦਾਰੀ ਕਰਨੀ ਆ, ਬਿੱਡ ਕਰਨੀ ਆ, ਬੋਲੀ ਦੇਣੀ ਆ, ਗਲੀਆਂ ਬਣਾਉਣੀਆਂ, ਇਹਦੀ ਪਰਮਿਸ਼ਨ ਤੋਂ ਬਿਨਾਂ ਨਾ ਤੁਹਾਨੂੰ ਕਿਸੇ ਨੇ ਅਫਸਰ ਨੇ ਪੇਮੈਂਟ ਕਰਨੀ ਆ, ਨਾ ਤੁਹਾਨੂੰ ਠੇਕਾ ਦੇਣਾ ਆ, ਤੇ ਇਹਦੀ ਮਰਜ਼ੀ ਦੇ ਨਾਲ ਸੋਹਾਂ ਖਾ ਕੇ ਇਹਨੇ ਪੁੱਛ ਲੈਣਾ ਵੀ ਕਿੰਨੀ ਬਿੱਡ ਕੀਤੀ ਦੱਸੋ ਜੀ, ਉਹਦੇ ਵਿੱਚੋਂ ਆਪ ਇਹਨੇ ਠੇਕੇ ਵੰਡਣੇ ਨੇ। ਇਸ ਤਰੀਕੇ ਨਾਲ ਜਿਹੜਾ ਆ ਉਹ ਅੰਮ੍ਰਿਤਸਰ ਦੇ ਵਿੱਚ ਕੰਮ ਚੱਲ ਰਿਹਾ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ, ਮੈਂ PC ਦੇ ਵਿੱਚ ਬਹੁਤ ਕੁਝ ਸਪਸ਼ਟ ਕਰ ਚੁੱਕਾ ਆ। ਇਹ ਅੰਮ੍ਰਿਤਸਰ ਦੇ ਲੋਕ ਇਹਨੂੰ ਹੋਰ ਤਰੀਕੇ ਨਾਲ ਜਾਣਦੇ ਆ, ਪੰਜਾਬ ਦੇ ਤੇ ਜਿਹੜੇ ਬਾਹਰ ਬੈਠੇ ਪੰਜਾਬੀ ਆ ਉਹਨਾਂ ਦੇ ਮਨਾਂ ਦੇ ਵਿੱਚ ਬੜਾ ਵੱਡਾ ਭੁਲੇਖਾ ਆ ਵੀ ਇਹ ਬੜਾ ਵਧੀਆ ਇਨਸਾਨ ਆ, ਪਤਾ ਨਹੀਂ ਇਹ ਬੜਾ ਦੇਵਤਾ ਜਿਹਾ ਬੰਦਾ ਆ ਕਿ ਪਤਾ ਨਹੀਂ ਬੜਾ ਇਮੋਸ਼ਨਲ ਕਰਕੇ ਜਿਹੜੀਆਂ ਗੱਲਾਂ ਕਰਦਾ ਆ। NGOs ਦੀ ਮਦਦ ਨਾਲ ਇੰਨੇ ਪੈਸੇ ਹੋਣ ਦੇ ਬਾਵਜੂਦ ਵੀ ਇਹਦਾ ਦਿਲ ਨਹੀਂ ਹੈ ਕਿ ਜੇਬ ਦੇ ਵਿੱਚੋਂ ਕੋਈ ਪੈਸਾ ਖਰਚ ਜੇ, NGO ਦੀ ਮਦਦ ਦੇ ਨਾਲ ਉਹ ਠੇਕੇਦਾਰ, ਜਿਵੇਂ ਕੋਈ ਵੀ ਠੇਕੇਦਾਰ ਹੈ, ਮੰਨ ਲਓ ਕੋਈ ਵਪਾਰ ਕਰ ਰਿਹਾ ਠੇਕੇਦਾਰੀ ਦਾ, ਉਹਦੀ ਨਾਲ ਕੋਈ NGO ਆ, ਉਹ NGO ਮਦਦ ਕਰਦੀ ਆ
कि इहनू क्योंकि इह ठेकेदारी दे विच उहनां दी मदद कर सकदा हुंदा, फिर उहदी फाइनैंशियल मदद करदी आ भी आपां जा के किते कोई पैसा पूसा खर्चना ते उह खर्चण लई तैयार हो जांदे ने, जेब दे विचों इह कुछ नहीं। लॉकडाउन दे दौरान जिहड़ा उह कम चलिया राशन वंडण वाला, उहदे उत्ते भी मावांगा। हजे मेरे कोल सबूत जिहड़े ने उह आ वाले ने जिहड़ी मैं गल्लां कर रहा, ਉਹ ਸਬੂਤ ਆ ਜਾਣਗੇ। ਮੈਂ ਦੱਸੂਗਾ ਕਿਹੜਾ ਪੰਡਿਤ ਤੇ ਕਿਹੜਾ ਬਾਬਾ ਸੀਗਾ ਕਾਰਪੋਰੇਸ਼ਨ ਦੇ ਵਿੱਚ, ਕਿਹੜਾ ਐਸਸੀ ਤੇ ਕਿਹੜਾ ਜਈ ਤੇ ਕਿਹੜਾ ਐਸਡੀਓ ਸੀਗਾ ਇੰਪਰੂਵਮੈਂਟ ਟਰੱਸਟ ਦੇ ਵਿੱਚ ਜਿਹੜਾ ਇਹਨੂੰ ਕਾਗਜ਼ ਪ੍ਰੋਵਾਈਡ ਕਰਦਾ ਸੀਗਾ, ਕਿਤਨਾ ਇਹ ਬਲੈਕਮੇਲ ਕਰਦੇ ਰਹੇ, ਕਿਤਨਾ ਇਹਨਾਂ ਦੀ ਟਿਊਨਿੰਗ ਸੀਗੀ, ਕਿਤਨਾ ਇਹ ਪੈਸੇ ਵੰਡਦੇ ਰਹੇ। ਮੈਂ ਇੱਕ ਅਫਸਰ ਦੇ ਘਰ ਗਿਆ ਇਹਦੇ ਨਾਲ, ਤੁਸੀਂ ਯਕੀਨ ਕਰਿਓ ਮੈਂ ਸੌਂਹ ਖਾ ਕੇ ਕਹਿ ਸਕਦਾ ਕਿ ਕਰੋੜ ਕੁ ਰੁਪਈਆ ਉਹਦੇ ਘਰ ਤੇ ਇੱਦਾਂ ਬੈਗ ਭਰਿਆ ਰਹਿੰਦਾ ਆ ਜਿਹਦੇ ਵਿੱਚੋਂ ਸ਼ੇਅਰ ਲੈ ਕੇ ਆਉਂਦਾ ਆ। ਉਹ ਇਸ ਤਰ੍ਹਾਂ ਦੇ ਅਫਸਰ ਜਿਹੜੇ ਆ ਮਿਲ ਕੇ ਇਹਦੇ ਨਾਲ ਉਹ ਅੰਮ੍ਰਿਤਸਰ ਦੇ ਲੋਕਾਂ ਨੂੰ ਬੇਵਕੂਫ ਬਣਾ ਕੇ ਬਲੈਕਮੇਲ ਕਰਕੇ ਉਹ ਕਮਾਈ ਜਿਹੜੀ ਆ ਉਹ ਕਾਲੀ ਕਮਾਈ ਜਿਹੜੀ ਆ ਉਹ ਖਾਂਦੇ ਨੇ। ਇਹਦਾ ਸਰਗਣਾ ਜਿਹੜਾ ਆ ਲੈਣ ਦੇਣ ਜਾ ਕੇ ਪੇਮੈਂਟਾਂ ਲੈ ਕੇ ਆਉਣੀਆਂ ਸਾਰਾ ਕੁਛ, ਉਹ ਇਹਦਾ ਜਿਹੜਾ ਰੀਅਲ ਸਾਲਾ ਨੇ ਇਹਦੇ ਜਿੰਮੀ ਭਾਜੀ ਕਹਿੰਦਾ ਉਹਨਾਂ ਨੂੰ, ਜਿੰਮੀ ਜਿਹੜਾ ਆ ਉਹ ਮੇਨ ਜਿਹੜਾ ਸਰਗਣਾ ਆ ਉਹ ਪੈਸੇ ਲੈਣ ਦੇਣ ਦੇ ਮਾਮਲੇ ਦੇ ਵਿੱਚ ਸਰਕਾਰੀ ਉਹਦੀ ਨੌਕਰੀ ਆ। ਕਿਤੇ ਬੈਠ ਕੇ ਕਿਤੇ ਜਾਂਚ ਹੋਵੇ ਉਹਨੂੰ ਅੱਧਾ ਘੰਟਾ ਬਿਠਾ ਕੇ ਉਹਦਾ ਸਕਰੂ ਟਾਈਟ ਕੀਤਾ ਜਾਵੇ, ਉਹਨੇ ਅੱਧੇ ਘੰਟੇ 'ਚ ਵਗ ਦੇਣਾ ਕਿੱਥੋਂ ਕਿੰਨੇ ਪੈਸੇ ਕਿਵੇਂ ਆਏ ਸੀਗੇ ਇਹ ਲੋਕਾਂ ਸਾਹਮਣੇ ਉਹਨੇ ਦੱਸ ਦੇਣਾ। ਮੇਰੀ ਅਪੀਲ ਆ ਤੁਹਾਡੇ ਜ਼ਰੀਏ ਮਾਨ ਸਾਹਿਬ ਨੂੰ, ਮੈਨੂੰ ਉਹਨਾਂ ਨਾਲ ਕੇਵਲ ਇੱਕ ਹੀ ਗਿਲਾ ਆ ਕਿ ਉਹ ਦਿੱਲੀ ਦੇ ਅਧੀਨ ਕੰਮ ਕਰਦੇ ਨੇ, ਇਮਾਨਦਾਰੀ ਦੇ ਪੱਖ ਤੋਂ ਅਤੇ ਪੰਜਾਬ ਦੇ ਲੋਕਾਂ ਲਈ ਚੰਗੇ ਫੈਸਲੇ ਲੈਣ ਤੋਂ ਮੈਨੂੰ ਉਹਨਾਂ ਦੇ ਵਾਸਤੇ ਖੁਸ਼ੀ ਹੈ ਕਿ ਉਹ ਲੋਕਾਂ ਹੁਣ ਤੱਕ ਦਾ ਵਧੀਆ ਸੀ ਐਮ ਉਹਨਾਂ ਨੂੰ ਇਸ ਪੱਖ ਤੋਂ ਗਿਣਨਾ। ਉਹਦੀ ਜਾਂਚ ਕਰਾਉਣ, ਜੇ ਓਮ ਪ੍ਰਕਾਸ਼ ਸੋਨੀ ਦੀ ਜਾਂਚ ਹੋ ਸਕਦੀ ਹੈ ਆਮਦਨ ਤੋਂ ਵੱਧ ਜਿਹੜੀ ਜਾਇਦਾਦ ਹੋਣ ਦੇ ਮਾਮਲੇ 'ਚ, ਇਹਦੀ ਜਾਂਚ ਕਿਉਂ ਨਹੀਂ ਹੋ ਸਕਦੀ? ਇਹੋ ਜਿਹੇ ਫੈਰੇ ਨਾ ਮੈਂ ਕਦੀ ਲਏ ਅਤੇ ਨਾ ਮੈਨੂੰ ਜ਼ਰੂਰਤ ਹੈ। ਜਿਹੜਾ ਇਨਸਾਨ ਬਿਨਾਂ ਤਾਕਤ 'ਚ ਹੋ ਕੇ ਲੋਕਾਂ ਦੇ ਇਹ ਹਾਲਾਤ ਕਰ ਸਕਦਾ ਆ, ਉਹ ਜੇ ਤਾਕਤ 'ਚ ਆ ਗਿਆ ਤਾਂ ਕਿੰਨਾ ਨੁਕਸਾਨ ਕਰੂਗਾ ਸਾਡੇ ਸਮਾਜ ਦਾ, ਸਾਡੇ ਅੰਮ੍ਰਿਤਸਰ ਦਾ। ਅੰਮ੍ਰਿਤਸਰ ਨਿਵਾਸੀਆਂ ਨੂੰ ਵੀ ਮੇਰੀ ਬੇਨਤੀ ਆ, ਮੈਨੂੰ ਪਤਾ ਤੁਸੀਂ ਵੀ ਇਹ ਸਭ ਕੁਝ ਜਾਣਦੇ, ਜਿਹੜੀਆਂ ਗੱਲਾਂ ਤੁਹਾਨੂੰ ਮੈਂ ਦੱਸੀਆਂ ਤੁਹਾਨੂੰ ਪਹਿਲਾਂ ਦਾ ਪਤਾ ਆ, ਮੈਂ ਗੱਲ ਚੁੱਕੀ ਆ, ਆਵਾਜ਼ ਚੁੱਕੀ ਆ, ਤੁਸੀਂ ਵੀ ਤਗੜੇ ਹੋ। ਕਿਤੇ ਇਹ ਤੁਹਾਡੇ ਕੋਲ ਬਲੈਕਮੇਲਿੰਗ ਦੇ ਪੈਸੇ ਮੰਗਦਾ ਆ, ਉਹ ਕਾਗਜ਼ ਮੇਰੇ ਤੇ ਭਰੋਸਾ ਰੱਖਿਓ, ਉਹ ਜਨਤਕ ਕਰਕੇ ਇਹਨੂੰ ਇਹਦਾ ਜਵਾਬ ਦੇਵਾਂਗੇ ਵੀ ਕਿਸ ਤਰੀਕੇ ਨਾਲ ਕਿਹੜਾ ਕਿਹੜਾ ਅਫਸਰ, ਜਿਹੜੇ ਅਫਸਰ ਨੇ ਉਹ ਵੀ ਮੈਂ ਨਾਲ ਆਊਂਗਾ ਅਗਲੀ ਪੀਸੀ ਦੇ ਵਿੱਚ, ਮੈਂ ਉਹ ਠੇਕੇਦਾਰ ਵੀ ਨਾਲ ਬਿਠਾਊਂਗਾ ਜਿਨ੍ਹਾਂ ਨੂੰ ਇਹਨੇ ਲੁੱਟਿਆ ਅਤੇ ਕਿਸ ਤਰੀਕੇ ਨਾਲ ਉਹਨਾਂ ਨਾਲ ਮਿਲ ਕੇ ਇਹ ਕਾਰੋਬਾਰ ਕਰਦਾ ਰਿਹਾ। ਸੋ ਮੇਰੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਉਹਨਾਂ ਸਾਰੇ ਜਿਹੜੇ ਵੀ ਲੋਕ ਨੇ ਉਹਨਾਂ ਦੀ ਮੇਰੇ ਅੱਗੇ ਬੇਨਤੀ ਹੈ ਵੀ ਇਹਦਾ ਮੁਖੋਟਾ ਹੋ ਰਿਹਾ, ਇਨਸਾਨ ਉਤਨਾ ਦਾ ਨਹੀਂ ਜਿੰਨਾ ਦਾ ਇਹ ਸ਼ੋ ਕਰਦਾ ਆ। ਇਹਦੀ ਅਸਲੀਅਤ ਨੂੰ ਵਾਚਿਆ ਜਾਵੇ, ਉਹ ਦੇਖਿਆ ਜਾਵੇ ਵੀ ਕਿਸ ਤਰੀਕੇ ਨਾਲ ਇਹ ਲੁੱਟਦਾ ਰਿਹਾ ਲੋਕਾਂ ਨੂੰ, ਇਹਦੀ ਜਾਂਚ ਕਰਾਈ ਜਾਵੇ ਅਤੇ ਇਹ 'ਤੇ ਕਾਰਵਾਈ ਕਰਾਈ ਜਾਵੇ। ਮਾਨ ਸਾਹਿਬ ਬੜੀਆਂ ਉਮੀਦਾਂ ਨੇ ਤੁਹਾਡੇ ਕੋਲ, ਇਹਦੇ ਮੈਂ ਇੱਕ ਸ਼ੇਅਰ ਬੋਲਿਆ ਸੀਗਾ 2010 ਦੇ ਵਿੱਚ 15 ਅਗਸਤ 'ਤੇ, ਇਹਨੇ ਮੈਨੂੰ ਸਟੇਜ 'ਤੇ ਚੜਾਇਆ ਸੀਗਾ ਕਿ ਮਾੜੇ ਲੀਡਰ ਦੇਸ਼ ਨੂੰ ਵੇਚ ਵੱਟ ਖਾ ਰਹੇ ਨੇ, ਜ਼ੁਲਮੀ ਅੰਗਰੇਜ਼ਾਂ ਵਾਲਾ ਸਮਾਂ ਉਹ ਦਿਖਾ ਰਹੇ ਨੇ, ਅੱਗੇ ਜਾ ਕੇ ਦੇਸ਼ ਮੇਰੇ ਦਾ ਬਣੂਗਾ ਕਿ ਇਹ ਸੋਚ ਅੱਖਾਂ ਵਿੱਚੋਂ ਅਥਰੂ ਜੇ ਆ ਰਹੇ ਨੇ। ਉਹ ਕਦੋਂ ਆਵੇਂਗਾ ਤੂੰ ਸੂਰਮਿਆਂ, ਉਹ ਅੰਮ੍ਰਿਤ ਤੇਰੇ ਆਉਣ ਦੇ ਖਿਆਲਾਂ ਵਿੱਚ ਖੋਇਆ, ਇੱਕ ਵਾਰੀ ਫੇਰ ਆ ਭਗਤ ਸਿੰਘ ਮੁੜ ਕੇ, ਹਜੇ ਸਾਡਾ ਦੇਸ਼ ਆਜ਼ਾਦ ਨਹੀਂ ਹੋਇਆ, ਉਹ ਦੇਸ਼ ਇਹਨਾਂ ਵਰਗਿਆਂ ਨੇ ਗੁਲਾਮ ਕੀਤਾ ਹੋਇਆ। ਇਹ ਕਹਿੰਦੇ ਮੁੰਡੇ ਬਾਹਰ ਕਿਉਂ ਜਾਂਦੇ ਆ, ਮੈਂ ਇੱਥੇ ਬੈਠਾ, ਇੱਥੇ ਅੱਜ ਵੀ ਕਾਰੋਬਾਰ ਕਰਦਾ ਨੌਜਵਾਨ ਆ, ਇਹਨਾਂ ਵਰਗੇ ਜਦੋਂ ਹਿੱਸਾ ਮੰਗਣਗੇ ਤੇ ਇੱਥੇ ਕਿਤਨਾ ਕੰਮ ਕਰਾਂਗੇ, ਇਹ ਆਵਾਜ਼ ਚੁੱਕਣੀ ਪਊਗੀ ਸਾਨੂੰ ਮਿਲ ਕੇ, ਇੱਥੇ ਖੋਖਲੇ ਰਹਿ ਜਾਂਗੇ, ਰਲੀਆਂ ਜਿਹੜੀਆਂ ਖਰਾਬ ਚੀਜ਼ਾਂ ਦਾਲਾਂ ਉਹ ਖਾਣ ਜੋਗੇ ਰਹਿ ਜਾਂਗੇ, ਚੰਗੀਆਂ ਚੀਜ਼ਾਂ ਚੰਗੀ ਕਰੀਮ ਜਿਹੜੀ ਆ ਉਹ ਬਾਹਰ ਚਲੀ ਜਾਊਗੀ, ਸਾਡੇ ਸੂਬੇ ਦਾ ਨੁਕਸਾਨ ਇਹਨਾਂ ਕਰਕੇ ਹੋ ਰਿਹਾ। ਤੁਸੀਂ ਅੱਜ ਇੱਥੇ ਕੋਈ ਰੈਸਟੋਰੈਂਟ ਖੋਲ੍ਹ ਲਓ, ਕੁਛ ਖੋਲ੍ਹ ਲਓ, ਇਹਨੇ ਪਹੁੰਚ ਜਾਣਾ। ਦੱਸੋ ਜੀ, ਬਬਲੂ ਜੀ, ਤੁਸੀਂ ਇੰਨੇ ਸਾਲ ਨਾਲ ਰਹੇ ਹੋ, ਤੁਸੀਂ ਅਕਸਰ ਹਰ ਵੀਡੀਓ ਦੇ ਵਿੱਚ ਉਹਨਾਂ ਦੇ ਨਾਲ ਹੁੰਦੇ ਸੀਗੇ, ਪਰ ਉਦੋਂ ਕਿਉਂ ਨਹੀਂ ਬੋਲੇ, ਉਦੋਂ ਕਿਉਂ ਨਹੀਂ ਹਿੰਮਤ ਨਹੀਂ ਪਈ ਉਦੋਂ? ਦੇਖੋ ਉਦੋਂ ਇਹਦਾ ਜਿਹੜਾ ਪ੍ਰਭਾਵ ਸੀਗਾ, ਜਿਹੜਾ ਕੈਪਟਨ ਅਮਰਿੰਦਰ ਸਿੰਘ ਸੀਗਾ ਉਹ ਸਿੱਧਾ ਇਹਦੇ ਟੱਚ ਦੇ ਵਿੱਚ ਸੀ, ਸੀਐਮ ਦੇ ਨਾਲ ਹੁੰਦਿਆਂ ਜਿਹੜੀ ਪੂਰੀ ਸਟੇਟ ਆ ਇਹਤੋਂ ਚਾਲੂ ਸੀਗੀ। ਮੈਂ ਇਹਦੇ ਨਾਲ ਕਿਸੇ ਸਾਬਕਾ ਮੰਤਰੀ ਦੇ ਘਰ ਜਾਂਦਾ ਆ, ਬੜੀ ਵੱਡੀ ਫਰਮ ਹੈ, ਉਹ ਮੰਤਰੀ ਨੂੰ ਕੀ ਕਹਿੰਦਾ ਆ ਕਿ ਮੰਨਾ ਜੀ ਮੇਰੀ ਸਿਫਾਰਿਸ਼ ਕਰ ਦਿਓ ਕੈਪਟਨ ਸਾਹਿਬ ਨੂੰ, ਮੈਨੂੰ ਮਨਿਸਟਰੀ 'ਚ ਲੈ ਲਓ। ਜਦੋਂ ਉਹਨੇ ਇਹ ਗੱਲ ਕਹੀ ਅਸੀਂ ਲੰਚ ਕਰ ਰਹੇ ਸੀਗੇ, ਮੈਂ ਉਦੋਂ ਸ਼ੌਕਡ ਹੋ ਗਿਆ ਵੀ ਐਡਾ ਵੱਡਾ ਬੰਦਾ ਕਿਹੜੇ ਭੁਲੇਖੇ 'ਚ ਆ। ਇਹੀ ਭੁਲੇਖਾ ਅੰਮ੍ਰਿਤਸਰੀਆਂ ਨੂੰ ਸੀਗਾ, ਉਹ ਭੁਲੇਖਾ ਨਿਕਲਿਆ 2021 ਦੀ ਜਿਹੜੀ ਵੀਡੀਓ ਲੀਕ ਹੋਈ ਆ, ਤੇ ਅੱਜ ਦੇ ਜਿਹੜੇ ਇਹਦੇ ਹਾਲਾਤ ਨੇ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਹੌਲੀ ਹੌਲੀ ਵੀ ਕਿਸ ਤਰੀਕੇ ਨਾਲ ਇਹ ਕੰਮ ਕਰਦਾ, ਕਿਸ ਤਰੀਕੇ ਨਾਲ ਲੋਕਾਂ ਨੂੰ ਲੁੱਟਦਾ ਤੇ ਕਿਸ ਤਰੀਕੇ ਨਾਲ ਉਹਨਾਂ ਦੇ ਵਪਾਰਾਂ ਦੇ ਵਿੱਚ ਹਿੱਸਾ ਪਾਉਂਦਾ। ਇਹ ਜਦੋਂ ਨਸ਼ਰ ਹੋ ਗਿਆ, ਫਿਰ ਮੈਂ ਇਹਦੇ ਮਸਲੇ 'ਚ ਪੈਣਾ ਨਹੀਂ ਚਾਹੁੰਦਾ ਸੀਗਾ ਵੀ ਇਹ ਜੋ ਕਰਦਾ ਕਰੀ ਜਾਵੇ। ਮੇਰੀ ਕੇਵਲ ਇਹ ਲੜਾਈ ਸੀਗੀ ਕਿ ਇਹ ਜੋ ਮਰਜ਼ੀ ਧੰਦੇ ਕਰੇ,
पर मेनू विचों बाहर रखे, मैं ना कदी गलत पैसा कमाया ना कदी एदे वर्गियां दे पैसे दी लोड़ है। गुरु साहब दी बड़ी कृपा, वधिया रोटी जड़ी आ ओ रोज मिलदी आ, उन्हें जिथे रखना है उन्हें उथे रखना आ, ते ओ मैं हर चीज नू एक्सेप्ट करके खुश होके ओदे ओदे भाणे विच रहण वाला बंदा आ। एदे कीते हुए गलत कार्यां दा जिहड़ा आ ओ मैं अपने सिर ते नहीं लै सकदा। इहदे मैं इहनूं कहा सीगा कि बोल दे यार, छोटी जी गल आ, इहनूं इह सीगा कि जे मैं बोलता किते बबलू स्टार ही ना बन जाए, किते किते लोक इहदी इंटरव्यू ना करन आ जाण कि तूं दस वी की कहिंदे इहनूं, ओह तूं उत्थे सीगा की सीगा। इस चीज़ दा किते जिहड़ा मेरा फेम आ किते इह ना इनकैश कर ले, केवल इस लड़ाई दे चक्कर दे विच ਇਹ ਚੀਜ਼ਾਂ ਮੇਰੇ ਕੋਲ ਪਹਿਲਾਂ ਦੀਆਂ ਸੀਗੀਆਂ। ਮੈਂ ਇੱਕ ਸਾਲ ਤੋਂ ਇਸ ਚੀਜ਼ ਉੱਤੇ ਕੰਮ ਕਰਨਾ ਸ਼ੁਰੂ ਕਰਤਾ ਸੀ, ਮੈਨੂੰ ਪਤਾ ਸੀ ਉਹ ਵੀਡੀਓ ਆਉਣੀ ਆ। ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਮੈਨੂੰ ਇਸ ਸਭ ਦੀ ਤਿਆਰੀ ਕਰਦੇ ਹੋਏ, ਠੀਕ ਹੈ। ਇਹ ਬੜੇ ਘੱਟ ਪੇਪਰ ਨੇ, ਇਤੋਂ ਵੱਧ ਪੇਪਰ ਹਜੇ ਕੰਪਲੀਟ ਨਹੀਂ ਹੈ। ਮੈਂ ਤੱਥਾਂ ਤੋਂ ਪਾਸੇ ਹਟ ਕੇ ਜਦੋਂ ਗੱਲ ਕਰੂੰਗਾ ਮੇਰੇ ਤੇ ਕੁਸ਼ਚਨ ਆਉਣਗੇ ਕਿ ਤੂੰ ਸ਼ਾਇਦ ਤੂੰ ਰਲਿਆ ਕਿਤੇ ਵਿਰੋਧੀਆਂ ਨਾਲ ਰਲਿਆ, ਕੋਈ ਸ਼ਾਇਦ ਉਹਨਾਂ ਨੇ ਮੈਨੇਜ ਕੀਤਾ, ਕੋਈ ਇਦਾਂ ਦੇ ਮੇਰੇ ਤੇ ਸਵਾਲ ਚੁੱਕੇ ਜਾਣਗੇ। ਇਸ ਦੇ ਵਿੱਚ ਇੱਕ ਚੀਜ਼ ਹੋਰ ਹੈਗੀ ਆ, ਤੁਸੀਂ ਕਿਹਾ ਕਿ ਉਹਨਾਂ ਕੋਲ ਲੱਖਾਂ ਦੇ ਨੰਬਰ ਹੈਗੇ ਗੱਡੀਆਂ ਦੇ, ਗੱਡੀਆਂ ਹੈਗੀਆਂ ਨੇ, ਪ੍ਰਾਪਰਟੀ ਬਣਾਈ ਆ, ਫਿਰ ਕਾਰੋਬਾਰ ਦਾ ਜ਼ਰੀਆ ਕੀ ਗਾ ਉਹਨਾਂ ਦਾ? ਤੁਸੀਂ ਨਾਲ ਰਹੇ ਹੋ, ਖਾਸ ਤੌਰ ਤੇ ਤੁਹਾਨੂੰ ਪਤਾ ਹੋਊਗਾ। ਦੇਖੋ ਕਾਰੋਬਾਰ ਦਾ ਜ਼ਰੀਆ ਮੈਂ ਤੁਹਾਨੂੰ ਦੱਸ ਦਿੱਤਾ ਵੀ ITR ਇੰਨੀ ਹੋਵੇ 5 ਲੱਖ ਰੁਪਇਆ, ਮਤਲਬ ਮਹੀਨੇ ਦੀ ਕੱਟ ਕਟਾ ਕੇ 40,000 ਬਣਦੀ ਹੈ। ਮੈਂ ਗਰੋਸ ਦੱਸ ਰਿਹਾ, ਕਟਿੰਗ ਜਿਹੜੀ ਡਿਡਕਸ਼ਨ ਹੁੰਦੀ ਹੈ ਇੰਸ਼ੋਰੈਂਸ ਦੀ, ਉਹ ਤੋਂ ਬਾਅਦ ਬੰਦੇ ਦੀ ਐਕਚੁਅਲ ਇਨਕਮ ਜਿਹੜੀ ਉਹ ਗਿਣੀ ਜਾਂਦੀ ਹੈ। 40,000 ਕਮਾਉਣ ਵਾਲਾ ਬੰਦਾ 4 ਜਿਹੜੀਆਂ ਗੱਡੀਆਂ ਕਿਤਨਾ ਅਫੋਰਡ ਕਰ ਸਕਦਾ, ਉਹ ਲੈਵੀ ਸਟਾਈਲ ਕਿਤਨਾ ਅਫੋਰਡ ਕਰ ਸਕਦਾ ਆ, ਇਹਦੇ ਉੱਤੇ ਜਿਹੜੀ ਹੈ ਜਾਂਚ ਹੋਣੀ ਚਾਹੀਦੀ ਆ। ਇਹ ਤੇ ਜਾਂਚ ਤੋਂ ਬਾਅਦ ਹੀ ਪਤਾ ਲੱਗੂਗਾ। ਇਹ ਏਜੰਸੀ ਵੀ ਮੈਂ ਦੱਸਦਾ ਇਹ ਕੋਈ ਵਿਜੀਲੈਂਸ ਜਾਂ ਛੋਟੀ ਮੋਟੀ ਏਜੰਸੀ ਨਹੀਂ, ED ਲੈਵਲ ਦੀ ਜਿਹੜੀ ਏਜੰਸੀ ਆ ਉਹ ਇਸ ਚੀਜ਼ ਦੀ ਜਾਂਚ ਕਰੇ ਤੇ ਫਿਰ ਇਹਨੂੰ ਕਾਬੂ ਜਿਹੜਾ ਉਹ ਕੀਤਾ ਜਾ ਸਕਦਾ। ਇਹ ਪਤਾ ਲੱਗ ਸਕਦਾ ਵੀ ਇਹਦਾ ਜਿਹੜੀ ਆਮਦਨ ਹੈ ਕਿੱਥੋਂ ਆਉਂਦੀ ਹੈ। ਪਰ ਮਨਦੀਪ ਸਿੰਘ ਮੰਨਾ ਕਹਿੰਦੇ ਨੇ ਕਿ ਅਸੀਂ ਜੀ ਸ਼ੁਰੂ ਤੋਂ ਮੈਂ ਪਹਿਲਾਂ ਚੇਤਕ ਸਕੂਟਰ ਹੁੰਦਾ ਸੀਗਾ, ਬਾਅਦ ਚੋਂ ਬੁਲਟ ਲਿੱਤਾ, ਉਸ ਤੋਂ ਬਾਅਦ ਮੈਂ ਗੱਡੀਆਂ ਦੇ ਉੱਤੇ ਰਿਹਾ। ਚੇਤਕ ਸਕੂਟਰ ਤੇ ਗੱਡੀਆਂ ਤੇ ਰਹਿਣਾ, ਮੈਨੂੰ ਉਹ ਚੇਤਕ ਸਕੂਟਰ ਵਾਲੇ ਦਾ ਵੀ ਪਤਾ ਵਾ ਕਿਹਦਾ ਸੀਗਾ, ਜਿਹੜੀ ਹਮਰ ਗੱਡੀ ਆ ਉਹ ਕਿਹਦੀ ਸੀਗੀ ਉਹ ਵੀ ਪਤਾ। ਤੁਸੀਂ ਮੈਨੂੰ 2 ਮਿੰਟ ਚਾਬੀ ਦੇ ਦਿਓ, 4 ਦਿਨ ਮੈਂ ਤੁਹਾਡੀ ਗੱਡੀ ਵਰਤਣਾ ਤੇ ਉਹ ਮੇਰੀ ਥੋੜੀ ਹੋ ਜਾਣੀ ਆ। ਅਗਲੀ ਗੱਲ ਆ ਜੀ, ਜਿਹੜੇ ਇਹ ਦਾਅਵੇ ਕਰਦਾ ਮੈਂ ਇਤਨਾ ਵੀ ਫਾਦਰ ਸਾਹਿਬ ਦੀ ਜਦੋਂ ਵੰਡ ਹੋਈ ਆ, ਠੀਕ ਹੈ ਜੀ, ਤੇ ਇਹਨਾਂ ਦੇ ਜਿਹੜੇ ਬ੍ਰਦਰ ਨੇ ਵੱਡੇ ਜਿਹੜੇ ਭਾਜੀ ਨੇ ਵਿਕਰਮ ਭਾਜੀ, ਉਹ ਜਿਹੜੇ ਆ ਉਹ ਕਿਰਾਏ ਤੇ ਰਹਿੰਦੇ ਨੇ ਤੇ ਹੁਣ ਆ ਕੇ ਉਹਨਾਂ ਨੇ 2021 ਦੇ ਵਿੱਚ ਇੱਕ ਘਰ ਲਿਆ ਤੇ ਉਹ ਕਿਸ਼ਤ ਉਹਦੀ ਪੇ ਕਰਦੇ ਨੇ ਤੇ ਉੱਥੇ ਜਿਹੜਾ ਉਹ ਪਰਿਵਾਰ ਉਹਨਾਂ ਦਾ ਰਹਿ ਰਿਹਾ। ਇਹਨਾਂ ਦੀ ਭੈਣ ਜਿਹੜੀ ਆ ਸਾਡੀ ਵੀ ਉਹ ਭੈਣ ਆ, ਉਹ ਅੱਜ ਵੀ ਕਿਰਾਏ ਤੇ ਰਹਿ ਰਹੇ ਨੇ। ਤੇ ਇਹੋ ਜਿਹੀ ਕਿਹੜੀ ਵੰਡ ਉਹਨਾਂ ਦੇ ਜਿਹੜੇ ਪਿਤਾ ਜੀ ਉਹ ਗਲਤ ਤਰੀਕੇ ਨਾਲ ਕਰ ਗਏ ਕਿ ਉਹ ਸਾਰਾ ਪੈਸਾ ਇਹਨਾਂ ਨੂੰ ਹੀ ਦੇ ਗਏ ਤੇ ਉਹ ਪਰਿਵਾਰ ਜਿਹੜੇ ਵੱਡੇ ਭਾਜੀ ਨੇ ਉਹ ਅੱਜ ਵੀ ਉਹ ਬੜੀ ਔਖਾ ਜਿਹੜਾ ਵਾ ਉਹ ਜ਼ਿੰਦਗੀ ਬਤੀਤ ਕਰ ਰਹੇ ਨੇ। ਇਹ ਲੈਵੀ ਚ ਇਹਦੀਆਂ ਜਿਹੜੀਆਂ ਘੜੀਆਂ 4-4 ਲੱਖ ਦੀਆਂ ਹੋਣ ਤੇ ਉਹ ਵਿਚਾਰੇ ਕੋਲ 4 ਲੱਖ ਦਾ ਅਰੇਂਜਮੈਂਟ ਕਰਕੇ ਮਸਾਂ ਘਰ ਲਿੱਤਾ ਗਿਆ ਹੋਵੇ, ਇਹਦੀ ਜਾਂਚ ਤੇ ਹੁਣ ED ਕੋਈ ਇਸ ਲੈਵਲ ਦੀ ਏਜੰਸੀ ਕਰੂਗੀ ਤੇ ਫੇਰ ਹੀ ਸਪਸ਼ਟ ਸਾਹਮਣੇ ਆਊਗਾ ਵੀ ਚੱਲ ਕੀ ਰਿਹਾ। ਬਬਲੂ ਜੀ, ਸਵਾਲ ਇਹ ਹੈਗਾ ਕਿ ਤੁਸੀਂ ਇੰਨੀ ਦੇਰ ਨਾ ਰਹੇ ਹੋ, ਉਦੋਂ ਕਿਉਂ ਨਹੀਂ ਇਹ ਸਾਰੀਆਂ ਗੱਲਾਂ ਬਾਹਰ ਨਿਕਲੀਆਂ, ਉਦੋਂ ਕਿਉਂ ਨਹੀਂ ਤੁਸੀਂ ਕਿਉਂ ਨਹੀਂ ਉਦੋਂ ਨਹੀਂ ਹਿੰਮਤ ਜਿਟਾਤੀ ਕਿ ਅੱਜ ਹੀ ਕਿਉਂ ਸਾਰਾ ਕੁਝ ਤੁਸੀਂ ਸਾਹਮਣੇ ਲੈ ਕੇ ਆ ਰਹੇ ਹੋ? ਦੇਖੋ ਟੱਕਿਆ ਹੋਇਆ ਸੀਗਾ, ਠੀਕ ਹੈ ਜੀ, ਇਹਦੇ ਕਾਲੇ ਕਾਰਨਾਮੇ ਟੱਕੇ ਹੋਏ ਸੀਗੇ। ਮੇਰੀ ਲੜਾਈ ਸਿਰਫ ਇਸ ਚੀਜ਼ ਦੀ ਆ ਵੀ ਇਹ ਠੱਗੀਆਂ ਮਾਰੇ ਵਿੱਚ ਮੈਂ ਜਿੰਨੀਆਂ ਵੀਡੀਓ ਕੀਤੀਆਂ ਤੁਸੀਂ ਮੈਨੂੰ ਮਿਲਦੇ ਰਹੇ ਹੋ, ਚਾਹੇ ਤੁਸੀਂ ਕੋਈ ਵੀ ਪੱਤਰਕਾਰ ਵੀਰ ਹੁੰਦਾ ਰਿਹਾ ਆ, ਮੈਂ ਨਾਲ ਹੀ ਹੁੰਦਾ ਸੀ। ਮੈਂ ਕਦੀ ਵੀ ਕੈਮਰੇ ਅੱਗੇ ਆਉਣ ਤੋਂ ਗੁਰੇਜ਼ ਕਰਦਾ ਸੀਗਾ ਵੀ ਮੈਂ ਚਾਹੁੰਦਾ ਹੀ ਨਹੀਂ ਸੀਗਾ ਕਿਉਂਕਿ ਲੋਕਾਂ ਨੂੰ ਇਸ ਬਾਰੇ ਪਤਾ ਸੀ, ਪਰ ਜੇ ਮੈਂ ਉਦੋਂ ਆਵਾਜ਼ ਚੁੱਕਦਾ ਹੋ ਸਕਦਾ ਵੀ ਤੁਹਾਡੇ ਚੈਨਲ ਵੀ ਮੈਨੇਜ ਕਰ ਦਿੱਤੇ ਜਾਣ। ਮੈਨੂੰ ਇਸ ਗੱਲ ਦਾ ਡਰ ਸੀਗਾ ਕਿ ਚੈਨਲ ਮੈਨੇਜ ਹੋ ਸਕਦੇ, ਮੀਡੀਆ ਮੈਨੇਜ ਹੋ ਸਕਦਾ। ਅੱਜ ਵੀ ਮੇਰੇ ਮਨ 'ਚ ਕਈ ਡਾਊਟ ਸੀਗੇ ਕਿ ਅੱਜ ਜਾ ਤੇ ਰਿਹਾ ਤੂੰ ਬੋਲਣ, ਉੱਥੇ ਪਤਾ ਨਹੀਂ ਮੀਡੀਆ ਨੇ ਕੀ ਕਰਨਾ, ਜਾਂ ਮੀਡੀਆ ਕਿਤੇ ਵੱਡੇ ਧਨਾਣਾ ਦੇ ਜਾਂ ਇਹ ਜਿਹੜੇ ਵੱਡੇ ਵੱਡੇ ਅਫਸਰ ਨੇ ਇਹਨਾਂ ਦੇ ਵੱਡੇ ਵੱਡੇ ਲਿੰਕ ਹੁੰਦੇ, ਤੂੰ ਆਮ ਘਰਾਂ ਦਾ ਮੁੰਡਾ ਆ, ਐਵੇਂ ਫਸ ਫੁਸ ਨਾ ਜਾਈ ਇਹਨਾਂ ਵੀਡੀਓ ਕਰਕੇ ਉਹ ਚਲਾਉ ਉਹ ਚਲਾਈ ਨਾ ਤੇ ਤੂੰ ਕੀ ਕਰ ਲਏਗਾ ਉਹਨਾਂ ਦਾ, ਹੁਣ ਨਹੀਂ ਫਸੋਗੇ। ਹੁਣ ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ ਕਿਉਂਕਿ ਮੀਡੀਆ ਤੁਸੀਂ ਆ ਕੇ ਮੇਰਾ ਹੌਸਲਾ ਵਧਾਇਆ ਆ, ਐਡੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਸਾਰੇ ਲੋਕ ਆਏ ਹੋ, ਵੀਡੀਓ ਕੀਤੀ ਆ, ਤੁਸੀਂ ਚਲਾਓਗੇ ਵੀ, ਮੈਨੂੰ ਉਮੀਦ ਆ ਕਿ ਤੁਸੀਂ ਪੂਰਾ ਸਹਿਯੋਗ ਕਰੋਗੇ। ਪਹਿਲਾਂ ਦਾ ਮੈਨੂੰ ਡਾਊਟ ਸੀਗਾ, ਹੁਣ ਮੇਰੇ ਮਨ 'ਚ ਕੋਈ ਡਾਊਟ ਨਹੀਂ ਆ, ਅਸੀਂ ਸੱਚ ਦੇ ਨਾਲ ਖੜੇ ਹਾਂ, ਸੱਚ 'ਤੇ ਪਹਿਰਾ ਦੇਣਾ ਜੋ ਸ਼ਹੀਦਾਂ ਦੇ ਸੁਪਨੇ ਸੀਗੇ ਉਹ ਪੰਜਾਬ ਦੇ ਵਿੱਚ ਜਿਹੜਾ ਸਰਕਾਰ ਉਹ ਚੰਗੀ ਕੰਮ ਕਰ ਰਹੀ ਆ, ਅਤੇ ਆਪਾਂ ਇਹੋ ਜਿਹੜੇ ਗਲਤ ਬੰਦੇ ਨੇ ਉਹਨਾਂ ਨੂੰ ਨਸ਼ਰ ਕਰਕੇ ਉਹਦਾ ਚਾਨਣਾ ਕਰਾਉਣਾ ਲੋਕਾਂ ਨੂੰ। ਜਿਹੜੀ ਇੱਕ ਵੀਡੀਓ ਵਾਇਰਲ ਹੋਈ ਆ ਜਿਸ ਦੇ ਵਿੱਚ ਜੋ ਮਨਦੀਪ ਮੰਨਾ ਜੋ ਨੇ ਸਹੁੰ ਖਾਂਦੇ ਦਿਖਾਈ ਦਿੰਦੇ ਨੇ, ਤੁਹਾਡੇ ਨਾਲ ਇੱਕ ਵੀਰ ਹੋ ਰਿਹਾ ਉਹ ਨਹੀਂ ਬੋਲਿਆ, ਤੁਸੀਂ ਇਕੱਲੇ ਬੋਲ ਰਹੇ ਹੋ, ਉਸ ਚੀਜ਼ ਦਾ ਕੀ? ਦੇਖੋ ਹਰ ਇੱਕ ਬੰਦੇ ਦੀਆਂ ਆਪਣੀਆਂ ਆਪਣੀਆਂ ਮਜਬੂਰੀਆਂ ਨੇ, ਉਹ ਕਿਹੜੇ ਕਾਰੋਬਾਰ ਕਰਦਾ ਕੀ ਕਰਦਾ ਇਹ ਉਹ ਦੱਸ ਸਕਦਾ? ਤੁਸੀਂ ਵੀ ਦੱਸ ਸਕਦੇ ਹੋ? ਮੈਂ ਨਹੀਂ ਦੱਸ ਸਕਦਾ, ਮੈਂ ਜਿੰਨੀ ਦੇਰ ਮੇਰੇ ਕੋਲ ਅਥੈਂਟੀਕੇਟ ਕੋਈ ਪ੍ਰੂਫ ਨਾ ਹੋਵੇ ਮੈਂ ਕਿਸੇ ਬਾਰੇ ਕੋਈ ਗਲਤ ਟਿੱਪਣੀ ਨਹੀਂ ਕਰ ਸਕਦਾ। ਜਿੰਨੀਆਂ ਗੱਲਾਂ ਕੀਤੀਆਂ ਨੇ ਪੇਪਰ ਦੇ ਆਧਾਰ ਤੇ ਕੀਤੀਆਂ,
अगले हफ्ते दे विच विच फिर ठेकेदार बावांगा नाल जिन्हां नाल जो कुछ हुंदा रहा जो जो जितों जितों पैसे ले गए किहड़े हस्पताल वाले ने किन्ने पैसे दिते किहड़ी लैब ने की दिता ਕਿਹੜੀ ਏਜੰਸੀ ਵਾਲੇ ਨੇ ਕੀ ਗਿਫਟ ਕੀਤਾ ਤੇ ਕਿੰਨੇ ਕੈਸ਼ ਦਿੱਤਾ ਤੇ ਕਿੰਨੇ ਗੋਲਡ ਦਿੱਤਾ ਇਹ ਸਾਰੀ ਜਾਂਚ ਕਰਕੇ ਸਹੀ ਤਰੀਕੇ ਨਾਲ ਫਿਰ ਉਸ ਤੋਂ ਬਾਅਦ ਇਹਦੇ ਬਾਰੇ ਮੈਂ ਉਹਦੇ ਬਾਰੇ ਜ਼ਿਕਰ ਕਰੂੰਗਾ ਜੀ ਡਿਟੇਲ ਦਾ ਦੀਪ ਸਿੰਘ ਮੰਨਾ ਅਕਸਰ ਕਹਿੰਦੇ ਹੁੰਦੇ ਮੈਂ ਜਦੋਂ ਆਉਣਾ ਪ੍ਰੂਫਾਂ ਦੇ ਨਾਲ ਆਉਣਾ ਪ੍ਰੂਫ ਮੇਰੇ ਕੋਲ ਹੁੰਦੇ ਨੇ ਫੇਰ ਹੀ ਮੈਂ ਬੋਲਦਾ ਕਿ ਹੁਣ ਤੁਹਾਡੇ ਕੋਲ ਵੀ ਪ੍ਰੂਫ ਹੈਗੇ ਨੇ ਵੇਖੋ ਜਿੰਨੇ ਪ੍ਰੂਫ ਵੀ ਮੈਂ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਦੇ ਆ ਮੇਰੇ ਕੋਲ ਇਹ ਤੋਂ ਵੱਧ ਬੰਡਲ ਹੋਰ ਪਿਆ ਉਹ ਲੋਕ ਜਿਹੜੇ ਇਹ ਤੋਂ ਦੁਖੀ ਸੀਗੇ ਉਹ ਮੇਰੇ ਸਾਰੇ ਟੱਚ ਦੇ ਵਿੱਚ ਨੇ ਜਿੱਦਣ ਅਗਲੀ ਪੀਸੀ ਕਰਾਂਗੇ ਦੋ ਚਾਰ ਬੰਦੇ ਉਹਨਾਂ ਵਿੱਚੋਂ ਲੈ ਕੇ ਆਉਂਗੇ ਵਾਰੋ ਵਾਰੀ ਜਿਹੜਾ ਆ ਉਹ ਲੋਕਾਂ ਨੂੰ ਦੱਸਿਆ ਜਾਏਗਾ ਵੀ ਅਸਲੀਅਤ ਕੀ ਹੈ ਸੱਚ ਕੀ ਹੈ ਆਪਾਂ ਅੱਖਾਂ ਤੇ ਪੱਟੀ ਬੰਨ ਕੇ ਕਿਸੇ ਤੇ ਕਿੱਦਾਂ ਵਿਸ਼ਵਾਸ ਕਰੀ ਜਾਵਾਂਗੇ ਉਹ ਬੰਦਾ ਇਮਾਨਦਾਰ ਹੈ ਤੇ ਉਹਨੇ ਕੀ ਕੀਤਾ ਲੋਕਡਾਊਨ ਦੇ ਦੌਰਾਨ ਰਾਸ਼ਨ ਵੰਡ ਕੰਪੇਨ ਦੇ ਵਿੱਚ ਕੀ ਹੋਇਆ ਇਹ ਮੈਂ ਐਵੀਡੈਂਸ ਲੈ ਕੇ ਫਿਰ ਗੱਲ ਕਰਾਂਗਾ ਤੇ ਲੋਕਾਂ ਨੂੰ ਪਤਾ ਲੱਗੇਗਾ ਹੁਣ ਜੇ ਗੱਲ ਕਰਾਂਗਾ ਉਹ ਝੂਠੀ ਲੱਗੇਗੀ ਗੱਲ ਪੇਪਰ ਦੀ ਤਿਆਰੀ ਚੱਲ ਰਹੀ ਹੈ ਪੇਪਰ ਆ ਜਾਣਗੇ ਫਿਰ ਬੈਠਾਂਗੇ ਇਤਨਾ ਹੀ ਇੰਟਰਵਿਊ ਕਰਾਂਗੇ ਤੇ ਲੋਕਾਂ ਨੂੰ ਦੱਸਾਂਗੇ ਵੀ ਕਿਤਨਾ ਇਹਦਾ ਕਾਰੋਬਾਰ ਚੱਲਦਾ ਰਿਹਾ ਜੇਕਰ ਮਨਦੀਪ ਸਿੰਘ ਮੰਨਾ ਵਾਪਸ ਆ ਕੇ ਕੋਈ ਤਾਲਮੇਲ ਤੜਨਾ ਹੁਣ ਤੱਕ ਕੋਈ ਪ੍ਰੈਸ਼ਰ ਪਿਆ ਤੁਹਾਨੂੰ ਦੇਖੋ ਪਿਛਲੇ 3 ਦਿਨ ਤੋਂ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਜਦੋਂ 1 ਕਰੋੜ 25 ਲੱਖ ਵਾਲੀ ਗੱਲ ਕਹਿਤੀ ਸੀ ਵੀਡੀਓ ਦੇ ਵਿੱਚ ਤੇ ਉਹਦੇ ਤੋਂ ਬਾਅਦ ਬਹੁਤ ਪ੍ਰੈਸ਼ਰ ਸੀਗਾ ਪੈਸਿਆਂ ਦੇ ਲਾਲਚ ਦਿੱਤੇ ਗਏ ਡਰਾਇਆ ਧਮਕਾਇਆ ਗਿਆ ਇੱਥੋਂ ਤਾਂ ਕਿਹਾ ਹੋਇਆ ਵੀ ਇੱਥੇ ਤੇ 500 ਰੁਪਇਆ ਦੇ ਕੇ ਬੰਦਾ ਮਰਾ ਦਈਦਾ ਠੀਕ ਹੈ ਜੀ ਉਹ ਤੋਂ ਇਲਾਵਾ ਇਹ ਕਿਹਾ ਜਾਣਾ ਕਿ ਆਉਂਦੇ ਨੂੰ 10 ਗਨਮੈਨ ਮਿਲ ਜਾਣੇ ਐ MP ਦੀ ਟਿਕਟ ਮਿਲ ਜਾਣੀ ਆ ਕੱਲ ਨੂੰ ਮੈਂਬਰ ਪਾਰਲੀਮੈਂਟ ਬਣ ਜਾਣਾ ਤੇਰਾ ਨੁਕਸਾਨ ਕਰੇਗਾ ਇਸ ਚੀਜ਼ ਦੇ ਡਰਾਵੇ ਦਿੱਤੇ ਗਏ ਮੈਂ ਇਹਨਾਂ ਚੀਜ਼ਾਂ ਤੋਂ ਡਰਨ ਵਾਲਾ ਨਹੀਂ ਗੁਰੂ ਸਾਹਿਬ ਦੇ ਭਾਣੇ ਵਿੱਚ ਰਹਿਣ ਵਾਲਾ ਬੰਦਾ ਆ ਸੱਚ ਦੀ ਗੱਲ ਕੀਤੀ ਆ ਝੂਠ ਹੋਏਗਾ ਤੇ ਗੁਰੂ ਸਾਹਿਬ ਬਖਸ਼ਣਹਾਰ ਆ ਜੇ ਮੈਂ ਕੋਈ ਗਲਤੀ ਕਰਾਂਗਾ ਮੈਂ ਬੇਨਤੀ ਕਰਦਾ ਗੁਰੂ ਸਾਹਿਬ ਨੂੰ ਕਿ ਜੇ ਮੇਰੀ ਅਰਦਾਸ ਉਹਨਾਂ ਅੱਗੇ ਕਿ ਜਿੰਨੀਆਂ ਗੱਲਾਂ ਕੀਤੀਆਂ ਨੇ ਜੇ ਝੂਠ ਹੋਈਆਂ ਗੁਰੂ ਸਾਹਿਬ ਮੈਨੂੰ ਉਹਦੀ ਸਜ਼ਾ ਏਡੀ ਮਾੜੀ ਦਿਓ ਕਿ ਦੁਬਾਰਾ ਇਹੋ ਜਿਹੀ ਗੱਲ ਕਹਿਣ ਦੀ ਕਿਸੇ ਦੀ ਹਿੰਮਤ ਨਾ ਹੋਵੇ ਮੈਂ ਜਿੰਨੀਆਂ ਗੱਲਾਂ ਕੀਤੀਆਂ ਸੱਚ ਕੀਤੀਆਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਹੈ ਸਨ ਅੰਮ੍ਰਿਤਪਾਲ ਸਿੰਘ ਬਬਲੂ ਜੋ ਅਕਸਰ ਜੋ ਨੇ ਮਨਦੀਪ ਸਿੰਘ ਮੰਨਾ ਹੋਣਾ ਦੇ ਨਾਲ ਦੇਖਣ ਨੂੰ ਮਿਲਦੇ ਨੇ ਤੇ ਉਹਨਾਂ ਵੱਲੋਂ ਅੱਜ ਕਾਫੀ ਜੋ ਵੱਡੇ ਜੋ ਸਵਾਲ ਨੇ ਜੋ ਮਨਦੀਪ ਸਿੰਘ ਮੰਨਾ ਤੋਂ ਚੁੱਕੇ ਗਏ ਨੇ ਪਰ ਹੁਣ ਵੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਨਦੀਪ ਸਿੰਘ ਮੰਨਾ ਜੋ ਇਸ ਦਾ ਕਿਵੇਂ ਜੋ ਆ ਜਵਾਬ ਜੋ ਇਦਾਂ ਜੋ ਦਿੰਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਜੋ ਇਹਨਾਂ ਜੋ ਮਸਲੇ ਦੇ ਉੱਤੇ ਜੋ ਗੱਲਬਾਤ ਕਰਨ ਨੂੰ ਦਿਖਾਈ ਦਿੰਦੇ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਰ ਸੁਨਕ ਜਗਬਾਣੀ TV ਅੰਮ੍ਰਿਤਸਰ